ਨੋ ਪਾਰਕਿੰਗ ਤੇ ਗੱਡੀ ਲਾਈ ਸੀ ਦੋ ਬੰਦਿਆਂ ਨੂੰ ਲੈਣ ਲਈ ਯਾਰ, ਲੰਬੀ ਸਾਰੀ ਲਾਈਨ ਲੱਗੀ ਹੋਈ ਆ, ਨਿਕਰ ਪਾ ਕੇ ਪਾਏ ਦੇ ਆ ਗਏ ਯਾਰ। ਹੋਟਲ ਤੇ ਕਾਫੀ ਵੱਡਾ ਹੈਗਾ ਯਾਰ, ਮਤਲਬ ਇੱਕ ਦਿਨ ਦਾ 14,000 ਦਾ ਲਾ ਲਓ। ਤੇ ਮੈਂ ਪਹਿਲੀ ਵਾਰ ਪਹਾੜਾਂ ਵਿੱਚ ਗੱਡੀ ਚਲਾਉਂਦਾ, ਸਾਰਿਆਂ ਨੇ ਪੁੰਗੀਆਂ ਡਿੱਗੀਆਂ, ਅਜੇ ਫਾਈਨਲੀ ਚਲਾਣ ਕਢਾ ਕੇ ਆਪਾਂ ਨਿਕਲ ਚੁੱਕੇ ਹਾਂ। ਮਤਲਬ ਲੋਕਾਂ ਦੇ ਟ੍ਰਿਪ ਹੁੰਦੇ, ਸਾਡੇ ਪੰਗੇ ਦੇ ਪੰਗੇ ਪੈਣ ਦੇ ਟ੍ਰਿਪ ਹੋਏ ਸੀ। ਗੱਡੀ ਗਰਮ ਆ, ਉੱਥੇ ਹੀਟ ਵੀ ਨਹੀਂ ਨਾ ਸ਼ੋਅ ਕੀਤੀ। ਵੈਲਕਮ ਟੂ ਹਿਮਾਚਲ ਪ੍ਰਦੇਸ਼। ਸਵੇਰ ਹੋ ਗਈ ਆ, ਹੁਣ ਨਿਕਲਣ ਲੱਗੇ ਆ ਸ਼ਿਮਲੇ ਵੱਲ ਤੇ ਸਵਾਰੀਆਂ ਸਾਰੀਆਂ ਤਿਆਰ ਨੇ, ਜਿਵੇਂ ਕਿ ਦੱਸਿਆ ਸੀ ਰਣਜੀਤ ਭਾਈ ਆਉਣਗੇ ਕੱਲ ਰਾਤੀ ਤੇ ਨਿਕਰ ਪਾ ਕੇ ਪਾਏ ਦੇ ਆ ਕੇ ਸਪ੍ਰਿੰਟ ਕਰਦੇ ਤੇ ਆਲ ਸੈੱਟ ਟੂ ਗੋ ਟੂ ਸ਼ਿਮਲਾ। ਥੋੜੀਆਂ ਹੀ ਸਵਾਰੀਆਂ ਅੰਦਰ ਆ, ਫਿਰ ਆਪਾਂ ਖਰੜ ਤੋਂ ਸ਼ਿਮਲਾ ਪਹਿਲਾਂ ਜਾਣਾ ਸੈਕਟਰ 43, ਇੱਕ ਬੰਦਾ ਹੋਰ ਚੁੱਕਣਾ ਆਪਾਂ ਤੇ ਉਹਦੇ ਤੋਂ ਬਾਅਦ ਸ਼ਿਮਲਾ ਵੱਲ ਨੂੰ ਸਿੱਧਾ। ਉੱਥੇ ਫਿਰ ਕੀ ਕਰਨਾ, ਪਹਿਲਾਂ ਬ੍ਰੇਕਫਾਸਟ ਕਰਨਾ ਫਿਰ ਜਾਵਾਂਗੇ ਹੋਟਲ। ਕਿੱਦਾਂ ਦਾ ਭੈੜਾ ਮੂੰਹ ਬਣਾਉਂਦੇ ਰਹੇ, ਤੇ ਕਿੱਦਾਂ ਦਾ ਮੂੰਹ ਬਣਾਉਂਦੇ ਰਹੇ ਪਿੰਚੂ ਓਏ, ਸ਼ਰਮਾਈ ਜਾਂਦਾ ਜੀ। ਇੱਕ ਗੱਡੀ ਰੈਡੀ ਆ ਈਕੋ ਸਪੋਰਟ ਤੇ ਇੱਕ ਗੱਡੀ ਅਰਟੀਗਾ ਤੇ ਆਪਾਂ ਨਿਕਲਣ ਲੱਗੇ ਹਾਂ ਸ਼ਿਮਲੇ ਵੱਲ ਨੂੰ। ਮੈਡਮ ਬਾਰੀ ਵਾਲੇ ਬੰਨੇ ਮੈਂ ਵਾਂ, ਪੀਵੇ 'ਚ ਬਹਿਣਾ, ਪੀਵੇ 'ਚ ਬਹਿਣਾ ਤੇ ਫਿਰ ਬਾਹਰ ਨਿਕਲੋ, ਮੈਂ ਆਵਾਂ ਵਿੱਚ। ਕੀ ਹੋ ਗਿਆ ਤੇ ਯਾਰ, ਗੱਡੀ ਦਾ ਚਲਾਣ ਜਾ ਕਰਨ ਦੇ ਆ। ਨੋ ਪਾਰਕਿੰਗ ਤੇ ਗੱਡੀ ਲਾਈ ਸੀ ਦੋ ਬੰਦਿਆਂ ਨੂੰ ਲੈਣ ਲਈ। ਹਾਂ ਗੱਡੀ ਲਾਈ, ਉਹ ਨੋ ਪਾਰਕਿੰਗ ਤੇ ਲੱਗੀ ਮਾੜੀ। ਹੁਣ ਉਹ ਅਮਨ ਨੂੰ ਕਹਿੰਦੇ ਕਿ ਉਹਨੇ ਗੱਡੀ ਚਲਾਉਣੀ ਤੇ ਗੱਡੀ ਮੈਂ ਚਲਾਵਾਂਗਾ, ਕਿਉਂਕਿ ਉਹਨਾਂ ਦਾ ਲਾਈਸੈਂਸ ਲਰਨਿੰਗ ਹੈਗਾ। ਫਾਈਨਲੀ ਚਲਾਣ ਕਢਾ ਕੇ ਆਪਾਂ ਨਿਕਲ ਚੁੱਕੇ ਹਾਂ, ਹੁਣ ਸਿੱਧਾ ਜਾਵਾਂਗੇ ਸ਼ਿਮਲਾ। ਗੱਡੀ ਮੈਂ ਚਲਾਵਾਂਗਾ, ਥੋੜ੍ਹੀ ਦੇਰ ਚੰਡੀਗੜ੍ਹ ਤੋਂ ਨਿਕਲ ਜਾਈਏ, ਉਹ ਬਾਅਦ ਅਮਨ ਚਲਾਏਗਾ ਕਿਉਂਕਿ ਉਹਦਾ ਲਰਨਿੰਗ ਲਾਈਸੈਂਸ ਸੀ। ਤੇ ਚਲੋ ਵੀਡੀਓ ਬਣਾ ਰਿਹਾ, ਪਿੰਜੋਰ ਕਰੋਸ ਕਰ ਲਿਆ ਤੇ ਥੋੜ੍ਹੇ ਥੋੜ੍ਹੇ ਪਹਾੜ ਵੀ ਨਜ਼ਰ ਆਉਣ ਲੱਗ ਪਏ ਤੇ ਮੈਂ ਪਹਿਲੀ ਵਾਰ ਪਹਾੜਾਂ ਵਿੱਚ ਗੱਡੀ ਚਲਾਉਂਦਾ, ਫਸਟ ਟਾਈਮ, ਉਹ ਵੀ ਵੱਡੀ ਗੱਡੀ। ਮੈਂ ਵੱਡੀ ਗੱਡੀ ਪਹਿਲੀ ਵਾਰ ਚਲਾਉਂਦਾ ਵੈਸੇ। ਹਾਂ ਮੰਮੀ ਤੇ ਵੇਖਣੀ ਵਲੌਗ ਤੇ ਕੋਈ ਨਹੀਂ ਹੁੰਦਾ, ਉਹ ਨਾਲ ਬੈਠੇ ਹੋਏ ਨਾ ਸਾਰੇ, ਨਾਲੇ ਮੰਮੀ ਨੂੰ ਆਸਰਾ ਹੋ ਜਾਏਗਾ ਕਿ ਹਾਂ ਮੁੰਡਾ ਚਲਾ ਲੈਂਦਾ, ਫਿਰ ਅੱਗੇ ਤੋਂ ਮੈਂ ਚਲਾ ਸਕਦਾ। ਜਿਹਦੇ ਤੋਂ ਮੈਂ ਬਚਣ ਦਿਆ ਹਾਂ, ਉਸ ਨੂੰ ਪੁਲਿਸ ਵਾਲਿਆਂ ਨੇ ਉਹੀ ਕੰਮ ਕਰਾਇਆ। ਨਹੀਂ ਉਹ ਪੁਲਿਸ ਵਾਲੇ ਤੇ ਚਲੋ ਰਹਿ ਗਏ ਚੰਡੀਗੜ੍ਹ, ਆਪਾਂ ਤੇ ਹੁਣ ਪਹੁੰਚ ਗਏ ਪਿੰਜੋਰ ਤੋਂ ਅੱਗੇ। ਵੈਲਕਮ ਟੂ ਹਿਮਾਚਲ ਪ੍ਰਦੇਸ਼, ਬੜਾ ਸੋਹਣਾ ਬਣਾਇਆ। ਸੋਲਨ ਰਹਿ ਗਿਆ 42 ਕਿਲੋਮੀਟਰ ਤੇ ਸ਼ਿਮਲਾ 89 ਕਿਲੋਮੀਟਰ, ਕੋਈ ਨਹੀਂ ਆਰਾਮ ਆਰਾਮ ਨਾਲ ਪਹੁੰਚ ਜਾਣਾ ਆਪਾਂ। 80 ਕਿਲੋਮੀਟਰ ਤੋਂ ਪਹਿਲਾਂ ਆਉਂਦੇ ਉਹ ਸਾਰੇ ਨਾ, ਇਹ ਅਲੱਗ ਅਲੱਗ ਕੰਪਨੀਆਂ ਨੇ ਲਾਏ ਹੁੰਦੇ ਨਾ ਬੋਰਡ, ਉਹ ਵੱਖਰਾ ਵੱਖਰਾ ਹਿਸਾਬ ਹੁੰਦਾ। ਆਪਾਂ ਸਵੇਰੇ 7 ਵਜੇ ਚੱਲਣ ਦਾ ਪਲਾਨ ਬਣਾਇਆ ਸੀ, ਉਹਦਾ ਰੀਜ਼ਨ ਇਹ ਸੀ ਕਿ ਆ ਲੰਬੀ ਸਾਰੀ ਲਾਈਨ ਲੱਗੀ ਹੋਈ ਆ ਸ਼ਿਮਲਾ ਵੱਲ ਨੂੰ, ਪਰ ਸਵੇਰੇ 7 ਵਜੇ ਤੇ ਆਪਾਂ ਚੱਲ ਨਹੀਂ ਸਕੇ। ਆਪਾਂ ਚੱਲੇ ਹਾਂ 9 ਵਜੇ ਤੇ ਉਹਦੇ ਤੋਂ ਬਾਅਦ ਵੀ ਉਹ ਰਸਤੇ 'ਚ ਪੁਲਿਸ ਵਾਲਿਆਂ ਨੇ ਰੋਕ ਲਿਆ, ਚਲਾਨ ਚਲੂਨ ਹੋ ਗਿਆ, ਉਹਦੇ ਕਰਕੇ 1.5 ਘੰਟਾ ਹੋਰ ਲੇਟ ਹੋ ਗਏ। ਹੁਣ ਫਿਰ ਚਲੋ, ਹੁਣ ਥੋੜ੍ਹੀ ਬਹੁਤੀ ਆਪਾਂ ਟ੍ਰੈਫਿਕ ਝੇਲਦੇ ਹਾਂ, ਬਹੁਤ ਜ਼ਿਆਦਾ ਟ੍ਰੈਫਿਕ ਲੱਗੀ ਹੋਈ ਆ, ਪਰ ਇੱਥੇ ਕੀ ਹੈਗੀ ਆ, ਥੋੜ੍ਹਾ ਜਿਹਾ ਹੀ ਹੈਗਾ ਵਾ, ਰੈੱਡ ਦਿਖਾ ਰਿਹਾ ਮੈਂ ਆਪਣੇ, ਬਾਕੀ ਤੇ ਚੱਲ ਹੀ ਜਾਣਾ। ਯਾਰ ਗੱਡੀ ਅਚਾਨਕ ਜੀ ਹੀਟ ਹੋ ਗਈ ਹੈ ਤੇ ਚੈੱਕ ਕੀਤਾ ਸੀ, ਚੰਗੀ ਭਲੀ ਚਲਦੀ ਸੀ ਤੇ ਰੇਡੀਏਟਰ ਹੀ ਉੱਡ ਗਿਆ ਤਾ। ਹੁਣ ਆਪਾਂ ਇੱਕ ਜਗ੍ਹਾ ਤੇ ਖੜੇ ਹਾਂ ਇੱਥੇ ਤੇ ਆ ਕਾਫੀ ਧੂੰਆਂ ਨਿਕਲਣ ਦਾ, ਸਮੈਲ ਵੀ ਬੜੀ ਆਉਂਦੀ ਸੀ। ਉੱਥੇ ਹੀਟ ਵੀ ਨਹੀਂ ਨਾ ਸ਼ੋਅ ਕੀਤੀ, ਉਬਲ ਕੇ ਬਾਹਰ ਆਉਂਦੇ ਹਨ, ਹੀਟ ਵੀ ਉੱਥੇ ਸ਼ੋਅ ਕੀਤੀ ਤੇ ਹੁਣ ਥੋੜ੍ਹੀ ਠੰਡੀ ਕਰਨ ਦੇ ਹਾਂ ਗੱਡੀ, ਥੋੜ੍ਹੀ ਦੇਰ ਤੱਕ ਫਿਰ ਚਲਾਵਾਂਗੇ।
ਮਤਲਬ ਅੜਚਣਾ ਅਜੇ ਵੀ ਆਈ ਜਾਂਦੀ ਆ। ਆਪਾਂ ਸੋਚਿਆ ਸੀ ਕਿ ਹੁਣ ਚਲਾਨ ਹੋਣ ਤੋਂ ਬਾਅਦ ਆਪਾਂ ਆਰਾਮ ਨਾਲ ਪਹੁੰਚ ਜਾਂਗੇ, ਕੁਛ ਨਾ ਕੁਛ ਹੋਣ ਹੀ ਦਿਆ ਅਜੇ ਵੀ। ਯਾਰ ਇੰਨੇ ਕੁ ਪੰਗੇ ਪੈ ਜਾਂਦੇ ਨਾ, ਪਹਿਲਾਂ ਤਾਂ ਟ੍ਰਿਪ ਬੜੀ ਮੁਸ਼ਕਲ ਬਣਿਆ, ਪਹਿਲਾਂ ਮਸੂਰੀ ਜਾਣਾ ਸੀ, ਮਸੂਰੀ ਦੀਆਂ ਟ੍ਰੇਨ ਦੀਆਂ ਟਿਕਟਾਂ ਮਿਲ ਜਾਣੀਆਂ, ਫਿਰ ਆਪਾਂ ਦਲਹੋਜੀ ਦਾ ਟ੍ਰਿਪ ਬਣਾਇਆ, ਉਹ ਵੀ ਕਿਸੇ ਰੀਜ਼ਨ ਕਰਕੇ ਕੈਂਸਲ ਹੋ ਗਿਆ, ਫਿਰ ਸ਼ਿਮਲਾ ਦਾ ਫਾਈਨਲ ਕੀਤਾ, ਉਹ ਤੋਂ ਬਾਅਦ ਵੀ ਪੰਗੇ ਕੋਈ ਨਾ ਕੋਈ ਅੜਚਣ ਆਈ ਆਉਂਦੀ, ਫਿਰ ਕਦੀ ਕੋਈ ਬਿਮਾਰ ਹੋ ਗਿਆ, ਕਦੀ ਕੋਈ ਬਿਮਾਰ ਹੋ ਗਿਆ। ਚਲੋ ਐਂਡ 'ਤੇ ਵਾਪਸ ਜੇ ਆਉਣ ਲੱਗੇ ਹਾਂ, ਸਵੇਰੇ ਪੁਲਿਸ ਵਾਲਿਆਂ ਨੇ ਚਲਾਨ ਕੱਟਤਾ, ਪਹਿਲਾਂ ਤਾਂ ਆਪਾਂ ਨਿਕਲਣਾ ਸੀ 7 ਵਜੇ, ਉਹ ਨਿਕਲੇ ਨਹੀਂ, ਫਿਰ ਪੁਲਿਸ ਵਾਲਿਆਂ ਨੇ ਚਲਾਨ ਕੱਟਤਾ, ਫਿਰ ਆਹ ਹੁਣ ਗੱਡੀ ਦਾ ਆਹ ਹਾਲ ਹੋ ਗਿਆ, ਅਤੇ ਮਕੈਨਿਕ ਲੈਣ ਗਏ ਆ, ਮਤਲਬ ਲੋਕਾਂ ਦੇ ਟ੍ਰਿਪ ਹੁੰਦੇ ਸਾਡੇ ਪੰਗੇ ਦੇ ਪੰਗੇ ਪੈਣ ਦੇ ਟ੍ਰਿਪ ਹੋਏ ਸੀ, ਬਹੁਤ ਔਖਾ। ਕਿਤੇ ਗਰਮੀ ਵੀ ਹੈਗੀ ਹੈ ਨਾ, ਮੌਸਮ ਵੀ ਥੋੜ੍ਹਾ ਜਿਹਾ ਬਾਰਿਸ਼ ਵਾਲਾ ਹੁੰਦਾ ਤਾਂ ਵਧੀਆ ਹੋਣਾ ਸੀ, ਪਰ ਗਰਮੀ ਹੈਗੀ ਆ, ਅਤੇ ਚਲੋ ਵੇਖਦੇ ਹਾਂ ਹੁਣ ਅੱਗੇ, ਤਾਂ ਮੈਂ ਕਹਿੰਦਾ ਕੋਈ ਚੱਕਰ ਨਹੀਂ, ਪਰ ਇਹ ਚੱਕਰ ਜ਼ਿਆਦਾ ਪੈ ਗਿਆ, ਬਾਕੀ ਚਲੋ ਵੇਖਦੇ ਹਾਂ ਅੱਗੇ। ਫਾਈਨਲੀ ਗੱਡੀ ਠੀਕ ਹੋ ਗਈ ਆ, ਕੂਲੈਂਟ ਜਿਹੜਾ ਉਹ ਖਤਮ ਹੋ ਗਿਆ, ਤਾਂ ਢੱਕਣ ਪਤਾ ਨਹੀਂ ਕਿੱਦਾਂ ਉੱਡ ਗਿਆ, ਅਤੇ ਬਿਲਕੁਲ ਨਹੀਂ ਹੈਗਾ, ਗੱਡੀ ਗਰਮ ਬੜੀ ਹੋ ਗਈ ਤਾਂ ਕਰਕੇ ਬੰਦ ਹੋ ਗਈ, ਹੁਣ ਕੂਲੈਂਟ ਪਾ ਲਿਆ ਵਾ, ਅਤੇ ਹੁਣ ਗੱਡੀ ਬਹੁਤ ਸਮੂਥਲੀ ਚੱਲਦੀ ਆ। ਅੱਗੇ ਜੁਗਾੜ ਕੀਤਾ ਉਹਦਾ, ਢੱਕਣ ਜਿਹਾ ਲਾਇਆ ਵਾ, ਹੁਣ ਅੱਗੇ ਜਾ ਕੇ ਵੇਖਦੇ ਹਾਂ ਇੱਕ ਹੈਗਾ ਵਾ ਦੁਕਾਨ, ਉੱਥੇ ਵੇਖਾਂਗੇ। ਹੁਣ ਸਹੀ ਚੱਲਣ ਦੀ, ਹੁਣ ਸਹੀ ਚੱਲਣ ਦੀ, ਬਸ ਇਹ ਆ ਕਿ ਉਹ ਹੁਣ ਆਪ ਹੀ ਆਰਾਮ ਆਰਾਮ ਨਾਲ ਚਲਾਉਣੀ ਪੈਣੀ ਥੋੜ੍ਹੀ, ਬਾਕੀ ਵੇਖਦੇ ਹੁਣ। ਆਈ ਹੋਪ ਕਿ ਅੱਗੇ ਸਭ ਠੀਕ ਹੀ ਹੋਊਗਾ, ਅੱਗੇ ਜ਼ਿਆਦਾ ਪ੍ਰੋਬਲਮ ਨਹੀਂ ਹੋਣਗੀਆਂ, ਜਿੰਨੀਆਂ ਆ ਚੁੱਕੀਆਂ ਹੁਣ ਕਾਫੀ ਆ। ਅਤੇ ਫਾਈਨਲੀ ਆਪਾਂ ਸ਼ਿਮਲਾ 'ਚ ਐਂਟਰ ਹੋ ਗਏ ਹਾਂ, ਜਿਹੜਾ ਪਲੈਨ ਬਣਾਇਆ ਸੀ ਕਿ 7 ਵਜੇ ਤੁਰਾਂਗੇ ਅਤੇ 11 ਵਜੇ ਤੱਕ ਪਹੁੰਚ ਜਾਂਗੇ, ਆਪਾਂ 9 ਵਜੇ ਤੁਰੇ ਹਾਂ ਅਤੇ 4 ਵਜੇ ਸ਼ਿਮਲਾ ਪਹੁੰਚਦੇ ਹਾਂ, ਹੋਟਲ ਪਹੁੰਚਦੇ ਅਤੇ ਵੀ ਅੱਧਾ ਘੰਟਾ ਲੱਗਣਾ ਅਜੇ ਵੀ, ਉੱਥੇ ਪਹੁੰਚ ਕੇ ਫਿਰ ਥੋੜ੍ਹੀ ਰੈਸਟ ਕਰਾਂਗੇ, ਫਿਰ ਨਹਾ ਨਹੂ ਕੇ ਖਾਣ ਪੀਣ ਲਈ ਨਿਕਲਾਂਗੇ, ਭੁੱਖ ਬਹੁਤ ਲੱਗੀ ਆ। ਅਤੇ ਫਾਈਨਲੀ ਆਪਣਾ ਹੋਟਲ ਵੀ ਆ ਗਿਆ, ਹੋਟਲ ਬ੍ਰਾਈਟ ਲੈਂਡ, ਯਾਰ ਹੋਟਲ ਤਾਂ ਕਾਫੀ ਵੱਡਾ ਹੈਗਾ ਜੀ, ਆਵੇ ਕਾਫੀ ਵੱਡਾ ਹੋਟਲ ਹੈਗਾ ਅਤੇ ਬੜਾ ਵਧੀਆ ਪ੍ਰਾਈਜ਼ ਵਿੱਚ ਸਾਨੂੰ ਮਿਲਿਆ ਵਾ। ਹੁਣ ਆਪਾਂ ਵਿਊ ਵੇਖਣੇ, ਸੋ ਇਨਫੈਕਟ ਗੱਡੀਆਂ ਦੀ ਪਾਰਕਿੰਗ ਵੀ ਹੈਗੀ ਹੋਟਲ ਵਾਲਿਆਂ ਕੋਲ, ਅਤੇ ਆਪਾਂ ਹੁਣ ਵਿਊ ਵੇਖਣੇ ਆ ਹੋਟਲ ਤੋਂ ਕਿੱਦਾਂ, ਦੇ 2 ਰੂਮ ਆਪਾਂ ਵਿਊ ਵਾਲੇ ਲਏ ਆ, ਬਾਕੀ ਵਿਦਆਊਟ ਵਿਊ। ਅਤੇ ਮਤਲਬ ਸ਼ਿਮਲਾ 'ਚ ਧੁੱਪ ਹੈਗੀ ਆ ਇਸ ਟਾਈਮ, ਗਰਮੀ ਹੈਗੀ, ਪਰ ਹਵਾ ਇੰਨੀ ਠੰਡੀ ਆ ਨਾ, ਪੁੱਛੋ ਕੁਛ ਨਾ, ਬਹੁਤ ਠੰਡੀ ਹੋ ਚੱਲਣ ਦੀ, ਇਸ ਲਈ ਮਜ਼ਾ ਆਉਂਦਾ। ਬਾਕੀ ਹੁਣ ਘੁੰਮਾਂਗੇ ਥੋੜ੍ਹਾ ਜਿਹਾ, ਆਪਾਂ ਬੈਠਾਂਗੇ। ਕਮਰੇ ਲਏ ਸੀ 5 ਅਤੇ ਆਹ ਵਿਊ ਕਮਰੇ 'ਚ, ਯਾਰ ਵਧੀਆ ਹੈ, ਬਸ ਸ਼ੈੱਡ ਨਾ ਹੁੰਦੀ ਤਾਂ ਹੋਰ ਜ਼ਿਆਦਾ ਨਜ਼ਾਰਾ ਸੀ, ਆਹ ਥੱਲੇ ਸ਼ੈੱਡ ਹੈਗੀ ਨਾ ਅਤੇ ਕਰਕੇ ਜ਼ਿਆਦਾ ਨਹੀਂ ਹੋਇਆ, ਪਰ ਫਿਰ ਵੀ ਬਹੁਤ ਸੋਹਣਾ ਵਿਊ ਹੈਗਾ। ਅਤੇ ਹੋਟਲ ਬੜੇ ਸਹੀ ਰੇਟ ਵਿੱਚ ਮਿਲੇ ਯਾਰ ਆਪਾਂ ਨੂੰ, 5 ਕਮਰੇ ਬੁੱਕ ਕਰਾਏ ਆ ਅਤੇ ਆਪਾਂ ਨੂੰ ਪਏ ਆ 2,250 ਦੇ 2 ਦਿਨਾਂ ਦੇ, ਮਤਲਬ ਇੱਕ ਦਿਨ ਦਾ 14,000 ਦਾ ਲਾ ਲਓ। ਆਹ ਦੂਜਾ ਰੂਮ, ਇਹਦੇ ਤੋਂ ਤਾਂ ਹੋਰ ਸੋਹਣਾ ਵਿਊ, ਇੱਥੇ ਦੀ ਸ਼ੈੱਡ ਹੈਗੀ, ਭੁੱਖ ਬਹੁਤ ਲੱਗੀ ਸੀ, ਹੁਣ ਇਹ ਸੋਚਿਆ ਕਿ ਪਹਿਲਾਂ ਥੋੜਾ ਬਹੁਤਾ ਖਾ ਕੇ ਇਸ ਤੋਂ ਬਾਅਦ ਆਪਾਂ ਹੋਵਾਂਗੇ ਤਿਆਰ, ਫਿਰ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਮਾਲ ਰੋਡ ਘੁੰਮਣ ਆਵਾਂਗੇ, ਪਹਿਲਾਂ ਥੋੜਾ ਜਿਹਾ ਹਲਕਾ ਫੁਲਕਾ ਖਾ ਲੈਂਦੇ ਆ, ਉਹ ਹੁਣ ਵੇਖਦੇ ਆ ਕਿੱਥੇ, ਉਹਨਾਂ ਦੱਸਿਆ ਵਾ ਕਿ ਬੱਸ ਸਟੈਂਡ ਲਾਗੇ ਹੈਗੀਆਂ ਵਧੀਆ ਸ਼ੋਪ ਵਗੈਰਾ, ਅਤੇ ਬੱਸ ਸਟੈਂਡ ਹੀ ਚੱਲੇ ਆ। ਪਰ ਯਾਰ ਜਿਹੜਾ ਨਜ਼ਾਰਾ ਹੁੰਦੇ ਆ ਨਾ ਹੋਟਲ ਤੋਂ, ਆ ਵਿਊ ਵਾਈ ਵੀ ਅਲੱਗ ਹੁੰਦੀ ਸ਼ਿਮਲੇ ਦੀ, ਇੰਨਾ ਵਾ ਕਿ ਗਰਮੀ ਤੋਂ ਛੁਟਕਾਰਾ ਪੈ ਗਿਆ, ਜਿਹੜੀ ਅੰਮ੍ਰਿਤਸਰ 'ਚ ਗਰਮੀ ਸੀ ਨਾ ਜਿਹੜੀ, ਉਹਦੇ ਤੋਂ ਵਧੀਆ ਛੁਟਕਾਰਾ ਆਪਾਂ ਨੂੰ ਮਿਲ ਗਿਆ ਵਾ, ਨਹੀਂ ਤਾਂ ਉੱਥੇ ਇਸ ਟਾਈਮ 'ਤੇ ਵੀ ਸੇਕਾ ਵੱਜਦਾ ਹੁੰਦਾ ਸੀ, ਅਤੇ ਇੱਥੇ ਧੁੱਪ ਥੋੜ੍ਹੀ ਥੋੜ੍ਹੀ ਰਹਿ ਗਈ ਆ, ਅਤੇ ਧੁੱਪ ਮਤਲਬ ਬਹੁਤ ਘੱਟ ਆ, ਆਪਾਂ ਨੂੰ ਨਹੀਂ ਪੈਂਦੀ, ਪਰ ਹਵਾ ਠੰਡੀ ਆ,
ਉਹਦਾ ਬੜਾ ਮਜ਼ਾ ਆਉਂਦਾ। ਮੇਨ ਗੱਲ ਇਹ ਆ ਅਤੇ ਆਹ ਚੱਲਣ ਲਈ ਵਧੀਆ, ਮਤਲਬ ਕਿ ਆਹ ਸਿਸਟਮ ਵਧੀਆ ਕਿਉਂਕਿ ਰੋਡ ਨੈਰੋ ਆ ਨਾ, ਸਾਰਿਆਂ ਨੂੰ ਪਤਾ ਕਿ ਰੋਡ ਨੈਰੋ ਆ, ਗੱਡੀਆਂ ਬੜੀ ਤੇਜ਼ ਹੁੰਦੀਆਂ ਜਾਂਦੀਆਂ ਵਾ, ਅਤੇ ਆਹ ਚੱਲਣ ਲਈ ਆਹ ਚੀਜ਼ ਵੱਖਰੀ ਬਣਾਈ ਹੋਈ ਆ ਰੋਡ ਤੋਂ। ਇਹ ਚੀਜ਼ ਇੰਟਰਸਟਿੰਗ ਆ, ਹੋਣੀ ਚਾਹੀਦੀ ਮਤਲਬ ਵਧੀਆ ਚੀਜ਼, ਅਤੇ ਹਵਾ ਇੰਨੀ ਵਧੀਆ ਚੱਲਣ ਦੀ। ਸ਼ਿਮਲੇ ਆ ਕੇ ਪਹਿਲਾ ਖਾਣਾ ਬ੍ਰੈਡ, ਲੁੱਚੀ ਪੂੜੀ ਅਤੇ ਸਮੋਸੇ ਕਰਵਾਏ ਆ, ਉਹ ਵੀ ਖਾਵਾਂਗੇ ਕਿਉਂਕਿ ਭੁੱਖ ਬਹੁਤ ਲੱਗੀ, ਥੋੜ੍ਹਾ ਬਹੁਤ ਆਹੀ ਖਾਣਾ, ਬਾਕੀ ਉੱਪਰ ਮਾਲ ਰੋਡ ਜਾ ਕੇ ਚੰਗੀ ਤਰ੍ਹਾਂ ਖਾਵਾਂਗੇ। ਫਿਲਹਾਲ ਅਸੀਂ ਖਾਂਦੇ ਹਾਂ, ਕਿੱਦਾਂ ਟੁੱਟ ਕੇ ਪਏ ਹੋ ਭੁੱਖਿਆਂ ਨੂੰ, ਇੰਨੀ ਭੁੱਖ ਲੱਗੀ ਹੋਈ। ਦਰਅਸਲ ਸਵੇਰ ਦਾ ਨਾ ਉਹੀ ਬ੍ਰੈਡ ਚਾਹ ਖਾਧੇ ਆ, ਹੋਰ ਕੁਛ ਖਾਧਾ ਨਹੀਂ, ਤਾਂ ਕਰਕੇ ਭੁੱਖ ਬਹੁਤ ਲੱਗੀ। ਸਵਾਦ ਆ, ਪਹਿਲੀ ਚੀਜ਼ ਤਾਂ ਸਵਾਦ ਲੱਗੀ, ਅਤੇ ਪੂੜੀਆਂ ਇੰਨੀਆਂ ਸਵਾਦ ਲੱਗੀਆਂ ਸਾਰੀਆਂ ਨੂੰ ਕਿ ਸਾਰਿਆਂ ਨੇ ਪੂੜੀਆਂ ਹੀ ਡਿੱਗੀਆਂ। ਅਤੇ ਅੱਗੇ ਆਪਾਂ ਜਾਣਾ ਚਾਈਨੀਜ਼ ਖਾਣ, ਰਣਜੀਤ ਭਾਈ ਹੋਣੀ ਗਏ ਆ ਉੱਥੇ, ਅੱਗੇ ਥੋੜ੍ਹੀ ਅੱਗੇ ਜਾ ਕੇ ਹੈਗਾ ਸਾਰਾ ਚਾਈਨੀਜ਼, ਉੱਥੋਂ ਮੋਮੋਸ ਖਾਵਾਂਗੇ ਕਿਉਂਕਿ ਪਹਾੜਾਂ ਉੱਤੇ ਆਓ ਨਾ, ਮੋਮੋਸ ਬਹੁਤ ਟੇਸਟੀ ਮਿਲਦੇ, ਜਿਵੇਂ ਮੈਂ ਸ਼ਿਲੋਂਗ ਵੀ ਖਾਧੇ ਸੀ, ਇੱਥੇ ਵੀ ਮੋਮੋਸ ਖਾਵਾਂਗੇ ਜਾ ਕੇ, ਮੋਮੋਸ ਬਹੁਤ ਟੇਸਟੀ ਹੁੰਦੇ ਆ, ਮੈਂ ਪਹਿਲਾਂ ਵੀ ਖਾਧੇ ਹੋਏ ਆ, ਮਟਨ ਮੋਮੋਸ ਖਾਧੇ ਹੋਏ, ਉਹ ਬੜੇ ਟੇਸਟੀ। ਪਹਾੜਾਂ 'ਚ ਆਏ ਹਾਂ ਅਤੇ ਚਾਹ ਪਕੌੜੇ ਨਹੀਂ ਖਾਧੇ, ਅਤੇ ਕੀ ਕੀਤਾ, ਕਿਉਂ ਮਿਲਾ ਜੀ, ਕੁਛ ਨਹੀਂ ਬਿਲਕੁਲ। ਅਤੇ ਉਹ ਸਾਹਮਣੇ ਜੋ ਨਜ਼ਾਰਾ ਇੱਦਾਂ ਦਾ ਹੋਵੇ, ਇੱਥੋਂ ਸਾਰਾ ਸ਼ਿਮਲਾ ਵੀ ਖਾਂਦੇ ਆ। ਆਪਾਂ ਮਾਲ ਰੋਡ ਦੇ ਬਿਲਕੁਲ ਲਾਗੇ, ਉੱਧਰ ਉੱਪਰ ਮਾਲ ਰੋਡ ਹੈ ਸਾਡਾ, ਹੋਟਲ ਵਿੱਚ ਆ, ਉੱਥੋਂ ਥੱਲੇ ਆਪਾਂ ਪੁਰਾਣੇ ਬੱਸ ਸਟੈਂਡ ਹੈਗੇ ਸ਼ਿਮਲਾ ਦੇ, ਅਤੇ ਬਹੁਤ ਹੀ ਵਧੀਆ ਆ, ਬੱਦਲ ਧੁੰਦ 'ਚ ਥੋੜ੍ਹੇ ਥੋੜ੍ਹੇ ਲੁਕੇ ਹੋਏ ਆ, ਬਹੁਤ ਹੀ ਵਧੀਆ ਲੱਗਣ ਦਿਆ ਯਾਰ। ਇੱਥੋਂ ਦੇ ਕੁੱਤੇ ਇੰਨੇ ਹੈਲਦੀ ਨਾ, ਉਹ ਆਪਣੇ ਆਪਣੇ ਵਾਲੇ ਤਾਂ ਮਰੇ ਪਏ ਹੁੰਦੇ ਆ, ਅਤੇ ਆਹ ਕਿੱਡੇ ਹੈਲਦੀ ਆ, ਸ਼ੇਰ ਹੀ ਲੱਗਣ ਦਿਆ ਜਾਂ ਕੁੱਤਾ ਕਾਹਦਾ, ਹੈ ਨਾ, ਸ਼ਿਮਲਾ ਬਹੁਤ ਵੇਖਣ ਨੂੰ ਮਿਲਣਗੇ। ਉਹ ਖੁੱਲੀ ਬਾਰੀ ਲੱਭਣ ਦੇ ਕਿਤੇ, ਹੈਲੋ ਉਹ ਵੇਖਣ ਦਿਆ ਕਿ ਮੈਂ ਅੰਦਰ ਕਿੱਦਾਂ ਜਾਵਾਂ ਯਾਰ। ਕੱਲ ਰਾਤੀ ਜਿਹੜਾ ਵਲੋਗ ਬਣਾਇਆ ਨਾ, ਉਹ ਕੋਈ ਇਸ਼ੂ ਹੋ ਗਿਆ, ਉਹਦੇ 'ਚ ਸਾਊਂਡ ਰਿਕਾਰਡ ਨਹੀਂ ਹੋਈ, ਅਤੇ ਇਸ ਲਈ ਉਹ ਨਹੀਂ ਆਏਗਾ। ਮੈਂ ਉਦੋਂ ਦੱਸ ਦਿੰਦਾ, ਕੱਲ ਰਾਤੀ ਆਪਾਂ ਮੋਮੋਸ ਖਾਧੇ, ਮਾਲ ਰੋਡ ਘੁੰਮੇ, ਸਟਰੀਟ ਫੂਡ ਖਾਧਾ, ਫਿਰ ਆਪਾਂ ਗਏ ਹਾਂ ਜਸ਼ਨ ਰੈਸਟੋਰੈਂਟ, ਅਤੇ ਉੱਥੇ ਡਿਨਰ ਕੀਤਾ, ਕਾਫੀ ਟੇਸਟੀ ਸੀ। ਅਤੇ ਹੋਟਲ ਦੇ ਬਾਰੇ ਮੈਂ ਕਹਿਣਾ ਚਾਹੂੰਗਾ ਕਿ ਹੋਟਲ ਬਹੁਤ ਵਧੀਆ, ਸਾਨੂੰ ਔਨਲਾਈਨ ਬੁੱਕ ਕਰਾਇਆ ਸੀ ਗੋਆ ਵੀਵੋ ਤੋਂ, 28,000 ਵਿੱਚ ਸਾਨੂੰ 5 ਕਮਰੇ ਮਿਲੇ ਆ, ਅਤੇ ਦੋ ਰਾਤਾਂ ਲਈ, ਮਤਲਬ ਹੋਟਲ ਬਹੁਤ ਵਧੀਆ ਹੈ, ਹੋਟਲ ਦਾ ਵਿਊ ਵੀ ਬੜਾ ਵਧੀਆ ਵਾ ਜੇ ਤੁਸੀਂ ਦੇਖੋਗੇ। ਅਤੇ ਚਲੋ ਬਾਕੀ ਆਪਾਂ ਹੁਣ ਡੇ 2 ਆ ਗਿਆ ਵਾ, ਉਹ ਤੁਹਾਨੂੰ ਨੈਕਸਟ ਵਲੌਗ ਵਿੱਚ ਆਪਾਂ ਵਿਖਾਵਾਂਗੇ ਕਿ ਡੇ 2 'ਚ ਆਪਾਂ ਕਿੱਥੇ ਕਿੱਥੇ ਸ਼ਿਮਲਾ ਐਕਸਪਲੋਰ ਕਰਨਾ ਵਾ, ਕਿੱਥੇ ਕਿੱਥੇ ਜਾਂਦੇ ਹਾਂ, ਕੀ ਕੀ ਖਾਂਦੇ ਪੀਂਦੇ ਹਾਂ। ਅਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ, ਆਈ ਹੋਪ ਤੁਹਾਨੂੰ ਚੰਗਾ ਲੱਗਿਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਜਲਦੀ ਮਿਲਦੇ ਹਾਂ ਡੇ 2 ਵਿੱਚ ਨੈਕਸਟ ਵਲੌਗ ਵਿੱਚ। ਕੀਪ ਸਪੋਰਟਿੰਗ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।